ਮੈਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ, ਜਾਂ ਮੈਨੂੰ ਸਾਫਟਵੇਅਰ ਬਣਾ ਕੇ ਦਵੋ, ਮੈਂ ਕੰਨਾਂ ਦੇ ਉੱਤੇ ਲਾਵਾਂ ਅਤੇ ਮੈਨੂੰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਗੱਲ ਟ੍ਰਾਂਸਲੇਟ ਹੋ ਕੇ ਮੇਰੇ ਕੰਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਆ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ ਵਿੱਚ ਜ਼ਿਆਦਾਤਰ ਅੰਗਰੇਜ਼ੀ 'ਚ ਭਾਸ਼ਣ ਦੇਣ ਦਾ ਵਿਰੋਧ ਕੀਤਾ ਹੈ। ਮੁੱਖ ਮੰਤਰੀ ਵੱਲੋਂ ਅੰਗਰੇਜ਼ੀ 'ਚ ਭਾਸ਼ਣ ਦੇ ਵਿਰੋਧ 'ਚ ਵਾਕਆਊਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਬੋਲੀ ਜਾਂਦੀ ਅੰਗਰੇਜ਼ੀ ਮੈਨੂੰ ਸਮਝ ਨਹੀਂ ਆਉਂਦੀ ਹੈ। ਬੈਂਸ ਨੇ ਕਿਹਾ ਕਿ ਉਹ ਪਹਿਲਾਂ ਵੀ ਸਪੀਕਰ ਸਾਹਿਬ ਨੂੰ ਬੇਨਤੀ ਕਰ ਚੁੱਕੇ ਹਨ ਕਿ ਜਾਂ ਤਾਂ ਮੁੱਖ ਮੰਤਰੀ ਨੂੰ ਆਪਣਾ ਭਾਸ਼ਣ ਪੰਜਾਬੀ ਵਿੱਚ ਸੰਬੋਧਨ ਕਰਨ ਲਈ ਕਿਹਾ ਜਾਵੇ, ਜਾਂ ਫਿਰ ਕੋਈ ਅਜਿਹਾ ਸੌਫਟਵੇਅਰ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਜਿਸ ਨਾਲ ਉਹਨਾਂ ਨੂੰ ਕੈਪਟਨ ਦੀ ਅੰਗਰੇਜ਼ੀ ਪੰਜਾਬੀ ਵਿੱਚ ਸੁਣ ਸਕੇ। ਉਹਨਾਂ ਕਿਹਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹੈ। ਅਸੀਂ ਵੀ ਸਾਨੂੰ ਜਾਂਦਾ ਤੁਸੀਂ ਕੋਈ ਸਾਫਟਵੇਅਰ ਡਿਵੈਲਪ ਕਰਾ ਕੇ ਦੇ ਦਿਓ, ਅਸੀਂ ਆਪਣੇ ਕੰਨਾਂ ਨੂੰ ਲਾ ਲਈਏ, ਜਿਹੜਾ ਬੰਦਾ ਅੰਗਰੇਜ਼ੀ 'ਚ ਬੋਲੇ ਸਾਨੂੰ ਉਹਦੀ ਟ੍ਰਾਂਸਲੇਸ਼ਨ ਜਿਹੜੀ ਪੰਜਾਬੀ ਦੇ ਵਿੱਚ ਪਤਾ ਲੱਗ ਜਾਵੇ। ਮੈਨੂੰ ਨਹੀਂ ਪਤਾ ਲੱਗਦਾ CM ਸਾਹਿਬ ਕੀ ਬੋਲ ਗਏ ਕੀ ਨਹੀਂ ਬੋਲ ਗਏ। ਸੋ ਅਸੀਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਇੰਗਲਿਸ਼ ਦੇ ਵਿੱਚ ਸਪੀਚ ਕਰ ਰਹੇ ਆ, ਅਸੀਂ ਵਾਕਆਊਟ ਕੀਤਾ ਕਿ ਜਾਂ ਸਪੀਕਰ ਸਾਹਿਬ ਸਾਨੂੰ ਸਾਫਟਵੇਅਰ ਬਣਾ ਕੇ ਦਿਓ ਤਾਂ ਜੋ ਇਹ ਜਿਹੜੇ ਅੰਗਰੇਜ਼ ਚਲੇ ਗਏ ਪਰ ਅੰਗਰੇਜ਼ਾਂ ਦੀ ਵੰਸ਼ ਦੇ ਵਿੱਚੋਂ ਲੋਕ ਬਚਦੇ ਆ ਪੰਜਾਬ ਦੇ ਅੰਦਰ ਲੋਕ ਪੰਜਾਬੀ। ਮੈਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ, ਜਾਂ ਮੈਨੂੰ ਸਾਫਟਵੇਅਰ ਬਣਾ ਕੇ ਦਵੋ, ਮੈਂ ਕੰਨਾਂ ਦੇ ਉੱਤੇ ਲਾਵਾਂ ਅਤੇ ਮੈਨੂੰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਗੱਲ ਟ੍ਰਾਂਸਲੇਟ ਹੋ ਕੇ ਮੇਰੇ ਕੰਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਆਵੇ। ਬਿਊਰੋ ਰਿਪੋਰਟ, ਪੰਜਾਬ ਟੂਡੇ।